नमस्कार, आप देख रहे हैं ऑल इंडिया 24 न्यूज़। 6 जून को आ रहे गल्लूगारा दिवस को लेकर गुरदासपुर पुलिस प्रशासन ने बढ़ाई चौकसी। गुरदासपुर पुलिस के DSP राजेश कक्कड़ ने बताया कि गुरदासपुर में चप्पे चप्पे पर की गई है पुलिस तैनात। 4 हिस्सों में बांटा गया है पुलिस टुकड़ियों को। 8 GUs, SHO की टीमें, 66 NGO, 204 EPO और महिला पुलिस समेत 314 पुलिस कर्मचारियों की रहेगी गल्लूगारा दिवस पर चप्पे चप्पे पर पैनिया। शरारती तत्व ने अगर चाट माहौल को किया खराब तो होगी सख्त कानूनी कार्रवाई। ऑल इंडिया 24 न्यूज। ਘੱਲੂਗੜ੍ਹ ਦੀ ਡਿਊਟੀ ਨੂੰ ਲੈ ਕੇ ਅਸੀਂ ਆਪਣੇ ਡਿਸਟ੍ਰਿਕਟ ਗੁਰਦਾਸਪੁਰ ਨੂੰ 4 ਸ਼ਹਿਰ ਵੰਡਿਆ ਹੋਇਆ, ਜਿਹਦੇ ਵਿੱਚ ਅਸੀਂ ਟੋਟਲ 8 GOs, 12 SHOs, 66 NGOs, 204 EPO ਸਮੇਤ ਲੇਡੀ ਕਾਂਸਟੇਬਲ 314 ਜਿਹੜੇ ਕਰਮਚਾਰੀ ਲਗਾਏ ਹੋਏ ਹਨ। ਇਹਨਾਂ ਵਿੱਚ ਅਸੀਂ ਸਾਰੇ ਇਲਾਕੇ ਨੂੰ ਗਸ਼ਤਾਂ ਨਾਲ ਨਾਕਿਆਂ ਨਾਲ ਕਵਰ ਕੀਤਾ ਹੋਇਆ। ਇਸ ਤੋਂ ਇਲਾਵਾ ਜਿਹੜੀਆਂ ਹੋਰ ਗਤੀਵਿਧੀਆਂ ਨੇ ਹਿੰਦੂ ਜਥੇਬੰਦੀ ਦੀਆਂ ਜਾਂ ਸਿੱਖ ਜਥੇਬੰਦੀ ਦੀਆਂ ਉਹਨੂੰ ਕਵਰ ਕਰਾਂਗੇ। ਕੀ ਮੈਸੇਜ ਦੇਣਾ ਚਾਹੁੰਦੇ ਹੋ ਜੀ ਤੁਸੀਂ ਕੱਲ੍ਹ ਦੇ ਦਿਨ ਦੇ ਵਿੱਚ ਜੋ ਸ਼ਰਾਰਤੀ ਤੱਤਵ ਜਿਹੜੇ ਕਿਸੇ ਵੀ ਹਾਲਤ ਦੇ ਵਿੱਚ ਜਿਹੜੀ ਕੋਈ ਇਹੋ ਜਿਹਾ ਕਾਰਨਾਮਾ ਕਰ ਸਕਣ? ਅਮਨ ਮਾਨ ਰੱਖਣ, ਜਿਹੜਾ ਕਾਨੂੰਨ ਹਾਸਿਲ ਲਏਗਾ ਉਹਦੇ ਖਿਲਾਫ਼ ਕਾਨੂੰਨ ਸਭ ਕੱਢ ਦਿੱਤੀ ਜਾਵੇਗੀ।